गुरदासपुर के पिंड भोपर सहंदा विच माहौल उस वेले तनावपूर्ण बन गया जदों एक विधवा औरत दे घर तोड़फोड़ करके किसी दूसरे दे खेतां नूं रस्ता देण पहुंचे प्रशासनिक अधिकारियों नूं किसान जत्थेबंदी दे आगुआं दा सामना करना पिया। किसान जत्थेबंदियों दे आगुआं ने विधवा औरत दे घर दे सामने ठीक उस जगह ते धरना लगा दिता जिथे प्रशासनिक अधिकारी भन तोड़ करके किसी होर दे खेतां नूं रस्ता देण दी तैयारी कर रहे सन। उधर दूसरी धिर किसान महेंद्र सिंह अते कानगो ने दसिया कि वह किसान महेंद्र सिंह की दित्ती शिकायत ते सरकारी राह दी निशानदेही करन पहुंचे सन, जबकि उन्हां वालों किसी का घर नहीं ढाया जा रहा, महज सरकारी रस्ते की निशानदेही की जानी है अते उस बारे नोटिस भी जारी किया गया है, लेकिन मौके पर पहुंचने पर उन्हां नूं किसान जत्थेबंदी वालों धरना लगा के रोकया जा रहा। गुरदासपुर तो रोहित गुप्ता की रिपोर्ट, लाइव भारत। माता जी की सारे ਤੁਹਾਡਾ ਨਾਂ ਆ ਤੇ ਕੀ ਸਾਰੀ ਦਿੱਕਤ ਆ ਤੇ ਕਿਉਂ ਤੁਸੀਂ ਅੱਜ ਕਿਸਾਨ ਜਥੇਬੰਦੀ ਨੂੰ ਇਕੱਠਾ ਕੀਤਾ ਇੱਥੇ? ਮੇਰੇ ਹੱਥ ਜੋੜ ਕੇ ਬੇਨਤੀ ਭਾਜੀ, ਮੇਰਾ ਘਰ ਢਾ ਕੇ ਵਿੱਚੋਂ ਲਿਹਾ ਕੱਢਣ ਡਏ ਨੇ। ਮੈਂ ਜਥੇਬੰਦੀਆਂ ਅੱਗੇ ਜਾ ਕੇ ਹੱਥ ਬੇਨਤੀ ਜੋੜੀ ਆ ਤੇ ਉਹ ਮੇਰਾ ਮਦਦ ਕਰਨ ਵਾਸਤੇ ਆਏ ਨੇ। ਮੇਰਾ ਆਦਮੀ ਫੌਜੀ ਸੀ, ਸੂਬੇਦਾਰ ਹੀ ਸਿੱਖ ਪਲਟਨ ਦੇ ਵਿੱਚ, ਇਸ ਵੇਲੇ ਉਹ ਵੀ ਚੜ੍ਹਾਈ ਕਰ ਗਿਆ। ਮੇਰਾ ਬੱਚਾ ਸੀ 17 ਸਾਲ ਦਾ, ਮੈਨੂੰ ਨੀ ਪਤਾ ਸਕੂਲ ਜਾਂਦਾ ਸੀ ਪੜ੍ਹਨ, ਕੀ ਹੋਇਆ ਰਿਹਾ ਕੀ ਨਹੀਂ, ਮੈਨੂੰ ਆਉਂਦੇ ਐਕਸੀਡੈਂਟ ਹੋ ਗਿਆ। 6 ਸਾਲ ਹੋ ਗਏ ਮੇਰੇ ਬੱਚੇ ਨੂੰ ਇਸ ਤਰ੍ਹਾਂ ਹੋਏ ਨੂੰ। ਉਹਨਾਂ ਦਾ ਹੀ ਇਹ ਤਰਖਾਣ ਮਹਿੰਦਰ ਸਿੰਘ ਮੇਰੇ ਮਗਰ ਪਿਆ ਵਾ, ਮੇਰੀ ਜ਼ਮੀਨ ਦੇ ਉੱਤੇ ਜਲਦੀ ਵਧੋ ਵਧੀ ਰਾਹ ਕੱਢਣ ਲਿਆ। ਮੇਰਾ ਘਰ ਢਾਉਣ 2-3 ਵਾਰੀ ਆਏ ਨੇ, ਹਾਰ ਕੇ ਮੈਂ ਜਥੇਬੰਦੀਆਂ ਕੋਲ ਗਈ ਹਾਂ ਅਤੇ ਉਹਨਾਂ ਆਣ ਕੇ ਮੇਰੀ ਮਦਦ ਕੀਤੀ। ਹੁਣ ਵੀ ਮੁੰਡੇ ਨਾਲ ਲੈ ਕੇ ਆਇਆ, ਪੁਲਿਸ ਲੈ ਕੇ ਆਇਆ, ਨਾਲ ਪਟਵਾਰੀ ਗੁਰਦੁਆਰਾ, ਇਹਨਾਂ ਮੇਰੀ ਮਦਦ ਕੀਤੀ। ਕਿਹੜਾ ਪਿੰਡ ਆ ਤੁਹਾਡਾ ਤੇ ਇਹ ਕਿਹੜੀ ਜਗ੍ਹਾ ਹੈ? ਇਹ ਮੇਰਾ ਪਿੰਡ ਭੋਪਰ ਸੈਦਾ ਆ, ਡੇਰਾ ਝਾਮਕੇ ਵਾਲਿਆਂ ਦਾ ਵੱਜਦਾ ਹੈ। ਉਹ ਕਾਦੀਆਂ ਦਾ ਬੰਦਾ ਵਾ, ਗੁਰਦਾਸਪੁਰ ਰਹਿੰਦਾ ਆ, ਅੰਜਾਇਜ ਕਰਨ ਡਿਆ ਮੇਰੇ ਨਾਲ। ਉਹ ਤੁਸੀਂ ਕੋਈ ਕੇਸ ਕੁਸ ਵੀ ਕੀਤਾ ਇਸ ਸਬੰਧ ਵਿੱਚ? ਹੁਣ ਲਾਇਆ ਇਹ ਖਾਲ ਮੰਗਣਾ ਹੁੰਦਾ ਸੀ ਤੇ ਖਾਲ ਦਾ ਭੁਲੇਖੇ ਹੀ ਰਹਿਆ ਤਾਂ ਅਸੀਂ ਗੁਰਦਾਸਪੁਰ ਕੋਰਟ ਵਿੱਚ ਕੇਸ ਲਾਇਆ। ਸਾਡੀਆਂ ਅਜੇ ਗਵਾਹੀਆਂ ਹੋਣੀਆਂ ਤੇ ਪਹਿਲਾਂ ਹੀ ਪਟਵਾਰੀ ਗੁਰਦੌਰ ਲਿਖਿਆ 5-7 ਦਿਨਾਂ 'ਚ 4-5 ਵਾਰੀ ਹੋ ਗਿਆ ਕੋਠਾ ਟਾਉਣ ਆਉਂਦੇ ਆ। ਨਹੀਂ ਮੈਂ ਭਾਵੇਂ ਦਵਾਈ ਖਾ ਕੇ ਮਰ ਜਾ, ਮੈਂ ਆਪਣੇ ਘਰ ਦੇ ਵਿੱਚੋਂ ਦੀ ਰਾਹ ਨਹੀਂ ਦੇਣਾ ਇਹਨੂੰ, ਜੀਵ ਲਿਆ ਆਪਣੇ ਜੋ ਮਰਜ਼ੀ ਹੋਵੇ, ਮੈਂ ਮਰ ਜੂ ਤਾਂ ਜੋ ਮਰਜ਼ੀ ਹੋਵੇ। ਮੇਰਾ ਇਹ ਵੇਲੇ ਕਿਸਾਨ ਵੀਰ ਹੀ ਸਹੀ ਨੇ, ਮੇਰਾ ਕੋਈ ਸਹੀ ਨਹੀਂ ਗਾ ਹੋਏ। ਮੇਰਾ ਨਾਮ ਲਖਵਿੰਦਰ ਸਿੰਘ, ਮੈਂ ਮੰਜਿਆਂ ਵਾਲੀ ਬੀਕੇ ਜੂ ਏਕਤਾ ਗ੍ਰਾਮਾਂ ਦਾ ਜ਼ਿਲ੍ਹਾ ਪ੍ਰਧਾਨ। ਅੱਜ ਇੱਥੇ ਨਾ ਮਤਲਬ ਪਿੰਡ ਭੋਪਰ ਸੈਦਾਂ ਦੇ ਬੀਬੀ ਇੱਕ ਵਿਧਵਾ ਨਰਿੰਦਰਪਾਲ ਕੌਰ, ਪਤਨੀ ਮਹਿੰਦਰ ਸਿੰਘ, ਇਹਨਾਂ ਦੀ ਪੈਲੀ ਦੇ ਵਿੱਚ, ਯਾਨੀ ਇਹਨਾਂ ਦੀ ਪੈਲੀ ਆਪਣੀ ਹੈ, ਸਾਰਾ ਕੁਝ ਇਹਨਾਂ ਦਾ ਆਪਣਾ। ਇੱਥੇ ਹੈਗਾ ਮਹਿੰਦਰ ਸਿੰਘ ਕਰਨੈਲ ਸਿੰਘ ਗੁਰਦਾਸਪੁਰ ਦਾ, ਜਿਹਦੀ ਪੈਲੀ ਇਹਦੇ ਬੈਕ ਸਾਈਡ 'ਤੇ ਆ। ਉਹਨੇ ਕਮਿਸ਼ਨਰ ਦੇ ਕੇਸ ਪਾ ਕੇ ਇੱਕ ਤਰਫਾ ਕਾਰਵਾਈ ਕਰਾ ਕੇ, ਇਹ ਵਿਧਵਾ ਵਿਚਾਰੀ ਹੈਗੀ ਸੀ, ਇਹਨੂੰ ਕੋਈ ਬਹੁਤੀ ਜਾਣਕਾਰੀ ਪੜੀ ਵੀ ਨਹੀਂ ਹੈਗੀ, ਇਹਨੂੰ ਪਤਾ ਨਹੀਂ ਲੱਗਾ ਬਾਈ। ਇਹਨੂੰ ਇਹ ਡਾਈ ਗਈ ਕਿ ਇੱਥੇ ਇੱਕ ਨਾ ਖਾਲ ਆਉਂਦਾ ਨਹਿਰੀ, ਵੀ ਉਹ ਨਹਿਰੀ ਖਾਲ ਦਾ ਮਤਲਬ ਕੇਸ ਚੱਲ ਰਿਹਾ, ਅਤੇ ਇਹਨੂੰ ਤੁਸੀਂ ਵੀ ਖਾਲ ਦਾ ਵਾ ਤਾਂ ਕੋਈ ਗੱਲ ਨਹੀਂ, ਜੇ ਖਾਲ ਨਿਕਲਦਾ ਤਾਂ ਨਿਕਲ ਜਾਣ ਦਿਓ। ਫਿਰ ਬਾਅਦ 'ਚ ਇਹਨੂੰ ਐਂ ਪਤਾ ਲੱਗਾ ਵੀ ਮੇਰੇ ਘਰ ਦੇ ਵਿੱਚੋਂ ਦੀ ਮਤਲਬ ਇਹ ਜਿਹੜਾ ਮਤਲਬ ਹੈਗਾ ਵਾ ਮਹਿੰਦਰ ਸਿੰਘ ਗੁਰਦਾਸਪੁਰ ਵਾਲਾ, ਇਹ ਰਸਤਾ ਕੱਢ ਰਿਹਾ, ਜਿਹਦਾ ਕਰਕੇ ਇਹ ਮਤਲਬ ਨਿਸ਼ਾਨਦੇਹੀ ਲੈ ਕੇ ਆਇਆ ਪਹਿਲਾਂ ਵੀ, ਜਿਹੜਾ ਕਿ ਬੀਬੀ ਨੇ ਮਤਲਬ ਵਿਰੋਧ ਕੀਤਾ, ਉਹ ਨਿਸ਼ਾਨਦੇਹੀ ਟਲ ਗਈ। ਹੁਣ ਇਹ ਦੁਬਾਰਾ ਫਿਰ ਅੱਜ ਇਹਨੇ ਨਿਸ਼ਾਨਦੇਹੀ ਕਰਵਾਉਣ ਵਾਸਤੇ ਆਇਆ, ਜਿਹੜਾ ਕਿ ਸਾਨੂੰ ਪਤਾ ਲੱਗਾ ਕਿ ਬਿਲਕੁਲ ਹੀ ਮਤਲਬ ਗਲਤ ਹੋ ਰਿਹਾ, ਧੱਕਾ ਹੋ ਰਿਹਾ, ਕੋਈ ਜ਼ਮੀਨ ਅਕਵਾਇਰ ਨਹੀਂ ਕੀਤੀ ਗਈ, ਕੋਈ ਘਰ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ, ਗਾੜੀ ਘਰ ਆ ਵੀ ਇਹ ਮਤਲਬ ਅਸੀਂ ਇਸ ਧੱਕੇ ਨੂੰ ਸਮਝ ਕੇ ਵੀ ਇਹ ਮਤਲਬ ਬਿਲਕੁਲ ਹੀ ਸ਼ਰਿਆਮ ਵੀ ਬੀਬੀ ਨਾਲ ਧੱਕਾ, ਇਸ ਕਰਕੇ ਅਸੀਂ ਅੱਜ ਇਸ ਨਿਸ਼ਾਨਦੇਹੀ ਦਾ ਵਿਰੋਧ ਕਰਨਾ ਹੈ। ਅਸਲ 'ਚ ਅਸੀਂ ਜਿੱਥੋਂ ਤੱਕ ਅਸੀਂ ਸਮਝਦੇ ਹਾਂ ਵੀ ਜਿਹੜਾ ਇਹ ਕੇਸ ਜਦੋਂ ਚੱਲਿਆ, ਇਹਦਾ ਜਿਹੜਾ ਨਕਸ਼ਾ ਬਣਾ ਕੇ ਭੇਜਣਾ ਹੁੰਦਾ ਪਟਵਾਰੀ ਨੇ, ਉਹਦੇ 'ਚ ਦੱਸਣਾ ਹੁੰਦਾ ਵੀ ਇੱਥੇ ਖਾਲ ਆ, ਇੱਥੇ ਰਸਤਾ, ਇੱਥੇ ਘਰ ਆ, ਉਹ ਜਾਣੀ ਕਮਿਸ਼ਨਰ ਸਾਹਿਬ ਨੂੰ ਨਹੀਂ ਦੱਸਿਆ ਗਿਆ, ਜਿਹੜਾ ਕਿ ਇੱਕ ਤਰਫਾ ਕਾਰਵਾਈ ਹੋ ਗਈ ਬਿਲੀ ਭੁਗਤ ਦੇ ਨਾਲ ਪੈਸੇ ਲੈ ਦੇ ਕੇ, ਜਿਹਨੂੰ ਅਸੀਂ ਸਮਝਦੇ ਹਾਂ ਵੀ ਇਹ ਕੀਤਾ ਗਿਆ, ਜਿਹੜਾ ਕਿ ਬਿਲਕੁਲ ਗਲਤ ਆ, ਅਤੇ ਅਸੀਂ ਅੱਜ ਇਹਦਾ ਵਿਰੋਧ ਕਰਾਂਗੇ, ਮਤਲਬ ਸਖਤ ਵਿਰੋਧ ਕਰਾਂਗੇ। ਹਾਂਜੀ, ਘਰ ਦੇ ਵਿੱਚੋਂ ਦੀ ਜੀ, ਘਰ ਦਾ ਗੇਟ ਤੋੜ ਕੇ ਜਿਹੜਾ ਬੰਦਾ ਵਾ, ਜਿਹਦੀ ਜ਼ਮੀਨ ਵਾ, ਉਹਨੂੰ ਹੋਰ ਰਸਤਾ ਲੱਗਦਾ ਨਹੀਂ ਲੱਗਦਾ? ਉਹਨੂੰ 2-3 ਰਸਤੇ ਦੂਜੇ ਪਾਸਿਓਂ ਦੇ ਆਉਂਦੇ ਆ ਜੀ, ਅਸੀਂ ਨਕਸ਼ਾ ਵੀ ਵੇਖਿਆ, ਉਧਰੋਂ ਦੇ ਆਉਂਦੇ ਆ। ਇਧਰੋਂ ਕਿਉਂ ਕੱਢਣਾ ਚਾਹੁੰਦਾ ਇਹ ਹੁਣ ਪਤਾ ਨਹੀਂ, ਹੁਣ ਕੀ ਚੱਕਰ ਹੈ? ਇਹ ਵਿਧਵਾ ਵਿਚਾਰੀ ਹੈਗੀ ਆ, ਐਂ ਸੋਚਿਆ ਹੋਊਗਾ ਵੀ ਇਹਦੇ ਕਿਹੜਾ ਮਗਰ ਕਿਸੇ ਨੇ ਆਉਣਾ, ਜਾਂ ਇਹਨੂੰ ਕਿਹੜਾ ਕੋਈ ਕਿਸੇ ਗੱਲ ਦਾ ਪਤਾ ਵੀ ਧੱਕੇ ਨਾਲ। ਅੱਜ ਸਾਨੂੰ ਪਤਾ ਲੱਗਾ ਸੀ ਕਿ ਉਹ ਪੁਲਿਸ ਪ੍ਰੋਟੈਕਸ਼ਨ ਵੀ ਨਾਲ ਆ ਰਹੀ ਆ,
ਵੀ ਮਤਲਬ ਦਬਾਅ ਬਣਾ ਕੇ ਪੂਰਾ ਇਹ ਰਸਤਾ ਜਿਹੜਾ ਘਰ ਦੇ ਵਿੱਚੋਂ ਨਹੀਂ ਨਿਕਲਿਆ। ਇਸ ਕਰਕੇ ਅਸੀਂ ਜਥੇਬੰਦੀ ਨੇ ਫੈਸਲਾ ਕੀਤਾ ਵੀ ਅਸੀਂ ਇਹ ਰਸਤਾ ਜਿਹੜਾ ਨਹੀਂ ਨਿਕਲਦੇ ਹਾਂ। ਅਫਸਰਾਂ ਨੂੰ ਮਿਲਿਆ ਕਿ ਤੁਹਾਡੇ ਵੱਲੋਂ ਜਾਂ ਅਫਸਰਾਂ ਨੂੰ ਪਤਾ ਅਸੀਂ ਮਤਲਬ ਤਹਿਸੀਲਦਾਰ ਸਾਹਿਬ ਦੇ ਧਿਆਨ 'ਚ ਲੈਂਦੀ ਗੱਲ ਗੁਰਦਾਸਪੁਰ ਦੇ ਜਿਹੜਾ ਕਿ ਉਹਨਾਂ ਨੇ ਕਿਹਾ ਹੈ ਵੀ ਇਹ ਮੇਰੇ ਵੱਸੋਂ ਜਿਹੜੀ ਗੱਲ ਬਾਹਰ ਆ, ਪਰ ਉਹਨਾਂ ਨੇ ਵੀ ਐਂ ਸਮਝਿਆ ਵੀ ਇਹ ਠੀਕ ਨਹੀਂ ਹੈਗਾ ਧੱਕਾ। ਹੁਣ ਤੁਹਾਡੀ ਅਗਲੀ ਰਣਨੀਤੀ ਜਿਹੜੀ ਉਹ ਕੀ ਰਹੇਗੀ? ਦੇਖੋ ਜੀ, ਮੈਂ ਗੁਰਬਚਨ ਸਿੰਘ ਖੋਦੇਵੇਟ, ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ। ਅਸੀਂ ਅੱਜ ਭੋਪਰ ਸਾਹਿਬ ਵਿਖੇ ਆਏ ਹਾਂ ਜਿੱਥੇ ਇੱਕ ਵਿਧਵਾ ਮਾਤਾ ਜੀ ਨੇ ਉਹਨਾਂ ਦੇ ਘਰ ਦੇ ਵਿੱਚੋਂ ਦੀ ਉਹਨਾਂ ਦਾ ਘਰ ਤੋੜ ਕੇ ਅਤੇ ਰਸਤਾ ਬਣਾਉਣ ਦੀ ਜੋ ਗੱਲ ਚੱਲ ਰਹੀ ਸੀ, ਅੱਜ ਨਿਸ਼ਾਨਦਾਹੀ ਕਰਕੇ ਉਹਨਾਂ ਨੂੰ ਮੈਸੇਜ ਵੀ ਲੱਗਾ ਕਿ ਤੁਹਾਡਾ ਘਰ ਤੋੜ ਕੇ ਅਤੇ ਅੱਜ ਰਸਤਾ ਇੱਧਰੋਂ ਦੀ ਬਣਾਉਣਾ ਆ। ਅਤੇ ਜੋ ਸਾਡੀ ਜਥੇਬੰਦੀ ਨੇ ਇਹ ਧੱਕਾ ਵੇਖਦੇ ਹੋਏ ਕਿ ਸਾਰੇ ਵਿਧਵਾ ਮਾਤਾ ਦੇ ਨਾਲ ਧੱਕਾ ਹੋ ਰਿਹਾ ਹੈ, ਅਤੇ ਅਸੀਂ ਇਸ ਧੱਕੇ ਦੇ ਵਿਰੁੱਧ ਸਖਤ ਕਾਰਵਾਈ ਕਰਾਂਗੇ ਆਪਣੀ ਜਥੇਬੰਦਕ, ਅਤੇ ਅਸੀਂ ਇਹ ਰਸਤਾ ਨਹੀਂ ਨਿਕਲ ਦਿਆਂਗੇ ਜੋ ਕਿ ਗਲਤ ਤਰੀਕੇ ਨਾਲ ਨਿਕਲ ਰਿਹਾ। ਮਾਤਾ ਜੀ, ਕੀ ਸਾਰੇ ਤੁਹਾਡਾ ਨਾਂ ਆ ਅਤੇ ਕੀ ਸਾਰੀ ਦਿੱਕਤ ਆ ਅਤੇ ਕਿਉਂ ਤੁਸੀਂ ਅੱਜ ਕਿਸਾਨ ਜਥੇਬੰਦੀ ਨੂੰ ਇਕੱਠਾ ਕੀਤਾ ਇੱਥੇ? ਮੇਰੇ ਹੱਥ ਜੋੜ ਕੇ ਬੇਨਤੀ ਭਾਅ ਜੀ, ਮੇਰਾ ਘਰ ਢਾਹ ਕੇ ਵਿੱਚੋਂ ਦੀ ਰਾਹ ਕੱਢਣ ਡਏ ਨੇ। ਮੈਂ ਜਥੇਬੰਦੀਆਂ ਅੱਗੇ ਜਾ ਕੇ ਹੱਥ ਬੇਨਤੀ ਜੋੜੀ ਆ ਅਤੇ ਉਹ ਮੇਰਾ ਮਦਦ ਕਰਨ ਵਾਸਤੇ ਆਏ ਨੇ। ਮੇਰਾ ਆਦਮੀ ਫੌਜੀ ਸੀ, ਸੂਬੇਦਾਰ ਸੀ ਸਿੱਖ ਪਲਟਨ ਦੇ ਵਿੱਚ। ਇਸ ਵੇਲੇ ਉਹ ਵੀ ਚੜ੍ਹਾਈ ਕਰ ਗਿਆ। ਮੇਰਾ ਬੱਚਾ ਸੀ 17 ਸਾਲ ਦਾ, ਮੈਨੂੰ ਨਹੀਂ ਪਤਾ ਸਕੂਲ ਜਾਂਦਾ ਸੀ ਪੜ੍ਹਨ, ਕੀ ਹੋਇਆ ਅਤੇ ਕੀ ਨਹੀਂ, ਮੈਨੂੰ ਆਉਂਦੇ ਐਕਸੀਡੈਂਟ ਹੋ ਗਿਆ। 6 ਸਾਲ ਹੋ ਗਏ ਮੇਰੇ ਬੱਚੇ ਨੂੰ ਇਸ ਤਰ੍ਹਾਂ ਹੋਏ ਨੂੰ। ਉਦੋਂ ਦਾ ਹੀ ਇਹ ਤਰਖਾਣ ਮਹਿੰਦਰ ਸਿੰਘ ਮੇਰੇ ਮਗਰ ਪਿਆ ਵਾ, ਮੇਰੀ ਜ਼ਮੀਨ ਦੇ ਉੱਤੇ ਜਲਦੀ ਵਧੋ ਵਧੀ ਰਾਹ ਕੱਢਣ ਲਿਆ। ਮੇਰਾ ਘਰ ਢਾਉਣ 2-3 ਵਾਰੀ ਆਏ ਨੇ, ਹਾਰ ਕੇ ਮੈਂ ਜਥੇਬੰਦੀਆਂ ਕੋਲ ਗਈ ਹਾਂ ਅਤੇ ਉਹਨਾਂ ਆਣ ਕੇ ਮੇਰੀ ਮਦਦ ਕੀਤੀ। ਹੁਣ ਵੀ ਮੁੰਡੇ ਨਾਲ ਲੈ ਕੇ ਆਇਆ, ਪੁਲਿਸ ਲੈ ਕੇ ਆਇਆ, ਨਾਲ ਪਟਵਾਰੀ ਗੁਰਦੁਆਰਾ, ਇਹਨਾਂ ਮੇਰੀ ਮਦਦ ਕੀਤੀ। ਕਿਹੜਾ ਪਿੰਡ ਆ ਤੁਹਾਡਾ ਅਤੇ ਇਹ ਕਿਹੜੀ ਜਗ੍ਹਾ ਹੈ? ਇਹ ਮੇਰਾ ਪਿੰਡ ਭੋਪਰ ਸੈਦਾਂ ਆ, ਡੇਰਾ ਝਾਮ ਘਿਆਣਾ ਦਾ ਵੱਜਦਾ ਹੈ। ਉਹ ਕਾਦੀਆਂ ਦਾ ਬੰਦਾ ਵਾ, ਗੁਰਦਾਸਪੁਰ ਰਹਿੰਦਾ ਆ, ਅੰਜਾਇਜ ਕਰਨ ਡਿਆ ਮੇਰੇ ਨਾਲ। ਉਹ ਤੁਸੀਂ ਕੋਈ ਕੇਸ ਕੂਸ ਵੀ ਕੀਤਾ ਇਸ ਸੰਬੰਧ ਦੇ ਵਿੱਚ? ਹੁਣ ਲਾਇਆ ਇਹ ਖਾਲ ਮੰਗਣਾ ਹੁੰਦਾ ਸੀ ਅਤੇ ਖਾਲ ਦਾ ਭੁਲੇਖੇ ਹੀ ਰਹੇ ਹਾਂ, ਤਾਂ ਅਸੀਂ ਗੁਰਦਾਸਪੁਰ ਕੋਰਟ ਵਿੱਚ ਕੇਸ ਲਾਇਆ। ਸਾਡੀਆਂ ਅਜੇ ਗਵਾਹੀਆਂ ਹੋਣੀਆਂ ਅਤੇ ਪਹਿਲਾਂ ਹੀ ਪਟਵਾਰੀ ਗੁਰਦੌਰ ਲਿਖਿਆ 5-7 ਦਿਨਾਂ 'ਚ 4-5 ਵਾਰੀ ਹੋ ਗਿਆ ਕੋਠਾ ਢਾਉਣ ਆਉਂਦੇ ਆ। ਨਹੀਂ, ਮੈਂ ਭਾਵੇਂ ਦਵਾਈ ਖਾ ਕੇ ਮਰ ਜਾ, ਮੈਂ ਆਪਣੇ ਘਰ ਦੇ ਵਿੱਚੋਂ ਦੀ ਰਾਹ ਨਹੀਂ ਦੇਣਾ ਇਹਨੂੰ। ਜੀਵ ਲਿਆ ਜਾ ਆਪਣੇ, ਜੋ ਮਰਜ਼ੀ ਹੋ ਜਾਵੇ, ਮੈਂ ਮਰ ਜੂ ਤਾਂ ਜੋ ਮਰਜ਼ੀ ਹੋ। ਮੇਰਾ ਇਹ ਵੇਲੇ ਕਿਸਾਨ ਵੀਰ ਹੀ ਸਹੀ ਨੇ, ਮੇਰਾ ਕੋਈ ਸਹੀ ਨਹੀਂ ਗਾ ਹੋਰ ਹੈਗਾ। ਕਿੰਨੇ ਪੈਲੀ ਦੇ ਵਿੱਚ ਤੁਹਾਡਾ ਰਸਤਾ ਨਿਕਲ ਰਿਹਾ ਸੀ? ਇਹ 9 ਮਰਲੇ ਦੱਸਣ ਡਏ ਆ, ਮੈਨੂੰ ਨਹੀਂ ਪਤਾ। ਮੈਂ ਨਪਾੜਿਆ ਚਿੱਟੀ, 9 ਮਰਲੇ ਕੱਟ ਲਿਆ, 9 ਮਰਲੇ ਆਉਂਦੇ ਦੇ ਤਾ। ਇਹਦੀ ਪੈਲੀ ਮੇਰੀ ਪੈਲੀ ਨਾਲ 5 ਫੁੱਟ ਉੱਚੀ ਆ, ਮੇਰੀ 5 ਫੁੱਟ ਨੀਵੀਂ ਪੈਲੀ ਆ। ਤੁਹਾਡਾ ਘਰ ਵੀ ਵਿੱਚ ਆਉਂਦਾ ਪਿਆ ਜੀ? ਹਾਂ, ਘਰ ਬਿਲਕੁਲ ਆਉਣ ਡਿਆ। ਮੇਰਾ ਗੇਟ ਲੱਗਾ ਆ, ਮੇਰਾ ਡੰਗਰਾਂ ਆਉਂਦਾ, ਟੋਕਾ ਲੱਗਾ, ਖੁਰਲੀ ਬਣੀ, ਮੇਰਾ ਬੱਚਾ ਚਲੇ ਗਿਆ, ਮੈਂ ਡੰਗਰ ਕੱਢ ਛੱਡੇ ਨੇ, ਕਿੱਦਾਂ ਇਹਨੂੰ ਘਰ ਦੇ ਵਿੱਚ ਦੀ ਰਾਹ ਦੇ ਦਿਆ। ਕੀ ਨਾਂ ਤੁਹਾਡਾ? ਮੇਰਾ ਨਾਂ ਨਰਿੰਦਰਪਾਲ ਕੌਰ। ਸਾਡਾ ਜਨਾਬ ਘਰ ਕੋਈ ਨਹੀਂ ਢਾਇਆ ਜਾ ਰਿਹਾ। ਇਹ ਕੇਸ ਲਾਇਆ ਵਾ 6 ਕਿੱਲੇ ਪੈਲੀ ਸੀ ਉਹਦੇ 'ਤੇ, ਉਹ ਗੌਰਮੈਂਟ ਦੀ ਪੈਲੀ ਆ, ਉਹਨੂੰ ਰਸਤਾ ਨਹੀਂ ਰੱਖਿਆ ਗਿਆ, ਗੌਰਮੈਂਟ ਦੀ ਆ ਅਤੇ ਰਸਤਾ ਨਹੀਂ ਰੱਖਿਆ ਗਿਆ। ਜਦ ਉਸ ਤੋਂ ਬਾਅਦ ਅਸੀਂ ਕੀਤਾ ਵੀ ਇਹਨੂੰ ਕੇਸ ਲਾ, ਅਸੀਂ ਪਹਿਲਾਂ ਇਹਨਾਂ ਨੂੰ ਬੋਲਿਆ ਵੀ ਸਾਨੂੰ ਇੱਥੋਂ ਦੀ ਰਸਤਾ ਦਿਓ, ਉਹ ਕਹਿਣ ਲੱਗੇ ਵੀ ਦੇ ਦਾਂਗੇ। ਫਿਰ ਆਖਣ ਲੱਗੇ ਤੁਹਾਨੂੰ ਜਿੱਧਰੋਂ ਦੀ ਰਸਤਾ, ਅਸੀਂ 60 ਸਾਲ ਇਸੇ ਬੰਨਿਓਂ ਦੀ ਲੰਘਦੇ ਰਹੇ ਅਤੇ ਸਾਨੂੰ ਮਨ੍ਹਾ ਕੀਤਾ ਗਿਆ। ਫਿਰ ਅਸੀਂ ਕਿਹਾ ਵੀ ਤੁਸੀਂ ਸਾਨੂੰ ਇਹਦੇ 'ਚੋਂ ਰਸਤਾ ਦਿਓ, ਜਾਂਦੇ ਵੀ ਤੁਹਾਨੂੰ ਜਿੱਧਰੋਂ ਰਸਤਾ ਮਿਲਦਾ ਲੈ ਲਓ। ਫਿਰ ਅਸੀਂ ਸਰਕਾਰ ਨੂੰ ਹੱਥ ਜੋੜੇ, ਜੋੜਨ ਤੋਂ ਬਾਅਦ ਅਸੀਂ ਕੀ ਕੀਤਾ ਭਾਈ, ਉਹਨਾਂ ਨੇ ਕਿਹਾ ਵੀ ਕੇਸ ਜਿਹੜਾ ਵਾ ਉੱਥੇ ਲਾਓ 42 'ਤੇ, ਅਸੀਂ ਜਲੰਧਰ ਲਾਇਆ। ਜਲੰਧਰ ਕੇਸ ਜਦੋਂ ਡਾਇਰੈਕਟਰ ਰੈਵਨਿਊ ਦੇ ਲਾਇਆ, ਉਹ 3 ਸਾਲ ਕੇਸ ਚੱਲਿਆ, ਇਹ ਵੀ ਤਰੀਕੇ ਜਾਂਦੇ ਰਹੇ। ਉਸ ਤੋਂ ਬਾਅਦ ਅਸੀਂ ਹਰ ਤਰੀਕੇ ਗਏ, ਇਹ ਕਈਆਂ 'ਚ ਨਹੀਂ ਗਏ, ਕਈਆਂ 'ਚ ਗਏ, ਠੀਕ ਹੈ ਜੀ। ਉਹਦੇ ਬਾਅਦ ਉਹਨਾਂ ਨੇ ਫੈਸਲਾ ਕਰ ਦਿੱਤਾ। ਇਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀ ਇਹ ਜਿਹੜਾ ਆ ਕੇ ਗੇਟ ਵਗੈਰਾ ਲਾ ਲਿਆ, ਇਹਨਾਂ ਨੇ ਇਹਨੂੰ ਜ਼ਬਰਦਸਤੀ ਤਾਂ ਇੱਥੇ ਆਏ ਨਹੀਂ, ਡਰਦਾ ਮੈਂ ਤਾਂ ਆਉਂਦਾ ਹੀ ਨਹੀਂ, ਮੈਂ ਆਪਣੇ ਇਹ ਤੋਂ ਦੂਰ ਕਹਿਣਾ, ਮੈਂ ਪਰਲੇ ਬਣਨ ਲਈ ਜਾਂਦਾ। ਇਹਨਾਂ ਨੇ ਕੀਤਾ ਵੀ ਆ ਗੇਟ ਲਾ ਕੇ ਅਤੇ ਮੈਨੂੰ ਕਹਿਣ ਲੱਗੇ ਵੀ ਇਹਨੂੰ ਅਸੀਂ ਮੱਤ ਦੱਸਣੀ, ਹਾਂਜੀ ਮੈਂ ਤੁਹਾਡੇ ਵਰਗੇ ਬੰਦੇ ਭੇਜਦੇ ਵੀ ਮੈਨੂੰ ਤੁਸੀਂ ਜੋ ਕਹਿਣਾ ਕਰ ਲਓ ਲੇਖਣ ਭਾਈ, ਮੈਂ ਤਾਂ ਪੈਲੀ 'ਤੇ ਵਾਹੁਣੀ ਇਹਨੇ 4 ਕਿੱਲੇ ਪੈਲੀ ਆ, 6 ਸੀ, 2-1 ਕਿੱਲਾ ਇਹਨਾਂ ਨੇ ਪਹਿਲਾਂ ਲਿਆ, ਅੱਧਾ ਅੱਧਾ ਵੰਡ ਲਿਆ, 3 ਇਹਨਾਂ ਨੇ ਲਿਆ, ਪੈਲੀ ਵੀ ਵਾਹੁੰਦੇ ਰਹੇ।
इन्हों मेरा कोई झगड़ा नहीं ना गाली गलोच इन्हों मैं किया ना करना मैं तो रहना ही पिछे मैं पैली च डर हों नहीं ठीक है जी। ये पैली में कोई रास्ता नहीं उस तो बाद इन्होंने किया फोटो खिंच के तो केस ला दता ये अपने सी जी एम गुरदासपुर के वो लाने तो बाद वो केस चलता रहा यदि फोटो करते रहे। इस तो बाद इन्होंने हाई कोर्ट च भी केस किया हाई कोर्ट करने तो बाद की किया भी उतों पहली बार आए मैं कोई समझ नहीं आए उन्होंने कहा भी जो अपने फैसला डायरेक्टर रेवन्यू आ कि वो फाइनल आई यहोजी गल नहीं ली जिसे कोई गलती हो। इस तो बाद इन्होंने फिर उन्होंने रिव्यू एप्लीकेशन पाई उन्होंने फिर पहला तो मैं कोई समझ नहीं दूसरी बार उन्होंने दसिया भी तुम ये दसो भाई ये की चक्कर किया अं उन्होंने दस दिता भी घर लांबे आ रस्ता घर के थोड़ा कोई रस्ता लेंदा वो पक्का कोठा भरिया ये इधरों खुला से इधरों की रस्ता लिया गया उन्होंने फिर उन्होंने फिर दूसरी बार अपने हाई कोर्ट तो हारे गए हैं। उस तो बाद फिर इतों जी सैशन जज आ इन्होंने जिते इन्होंने ये अगे दरवाजा ला के कंध काढ़ ली तो उत्थे केस उन्होंने कहा भी जो तुम हाई कोर्ट तो भी हारे डायरैक्टर रेवन्यू भी तुम हारे उतों बाद रस्ता तो देना ये गवर्नमेंट की गलती है उन्होंने गवर्नमेंट की यह पैली हैगी है ये किसी की प्राइवेट नहीं ली हुई। उस तो बाद उन्होंने कहा भी तुम उतों डायरैक्टर रेवन्यू तो भी हारे इस तो बाद हाई कोर्ट तो भी हारे इस तो बाद हूँ मैं हाई कोर्ट तो केस हारे हो तो मैं कोई यहोजा लफ्ज़ नहीं लगता तुम इन्हों जान बुझ के अपने घुमा रहे हो तो इस करके मेरे कोई लफ्ज़ नहीं आ एक स्टेडियम डिपार्टमेंट की जगह ये मेरे बाबे की जगह वा 6 किले 6 चो 2 इन्होंने लै लेने पैसे दे के खरीदे ने 4 किले हूँ मेरे को बस ये है। हाँ जी देखो मतलब जी मैं तो नहीं ਇਹ ਖਾਲ ਨਹੀਂ ਜੀ ਉਸ ਲੇਡੀ ਨੇ ਆਪਣਾ ਘਰ ਅਲੱਗ ਪਾਇਆ ਹੋਇਆ ਰਸਤਾ ਛੱਡ ਕੇ ਬਣਾਇਆ ਹੋਇਆ ਜੇ ਉਹਦਾ ਰਸਤਾ ਨਹੀਂ ਹੁੰਦਾ ਤੇ ਉਹਨੇ ਇੱਧਰ ਨੂੰ ਘਰ ਪਾ ਲੈਣੇ ਹੋਰ 11 ਫੁੱਟ ਇੱਧਰ ਪਾ ਲੈਣੇ ਸੀ ਉਹ 30 ਸਾਲ ਤੋਂ ਇਹ ਵਾਉਂਦੇ ਰਹੇ ਨੇ ਉਦੋਂ ਵੀ ਇਹੋ ਹੀ ਰਸਤਾ ਚੱਲਦਾ ਜੀ ਬਾਅਦ 'ਚ ਵੀ ਚੱਲਦਾ ਰਿਹਾ ਹੁਣ ਇਹਨਾਂ ਬੰਦ ਕਰਤਾ ਬਸ ਨਹੀਂ ਗੁੰਮਰਾਹ ਯਾਰ 40-45 ਸਾਲ ਤੋਂ ਇਹੋ ਹੀ ਰਸਤਾ ਚੱਲਦਾ ਰਿਹਾ ਕਦੀ ਪਿਆ ਹੋ ਗਏ ਨੇ 58 ਚ ਪੈਲੀ ਖਰੀਦੀ ਗਈ ਇਹ ਵਾਉਂਦੇ ਰਹੇ ਇਹਨਾਂ ਨੂੰ ਸਾਰਾ ਪਤਾ ਵਾ ਅਸੀਂ ਤੇ ਆਪ ਵਾਹੀ ਨਹੀਂ ਉਹਦੇ ਬਾਅਦ ਇਹਨਾਂ ਨੇ ਕੀ ਕੀਤਾ ਵਾ ਵੀ ਇਹਨਾਂ ਨੂੰ ਅਸੀਂ ਸਭ ਕੁਝ ਕਰ ਦਿੱਤਾ ਹੁਣ ਇਹਨਾਂ ਨੇ ਕਦੀ ਕਹਿੰਦੇ ਇਹ ਤਾਂ ਜੀ ਸਾਨੂੰ ਇਹ ਬੰਦੇ ਭੇਜਦਾ ਮੈਨੂੰ ਦੱਸੋ ਵੀ ਮੇਰਾ ਇੱਕ ਬੱਚਾ ਉਹ ਹੈਂਡੀਕੈਪ ਆ ਮੇਰੀ ਉਮਰ 75 ਸਾਲ ਆ ਮੈਂ ਕੋਈ ਬੰਦੇ ਭੇਜਣਾ ਮੈਂ ਕੋਈ ਗੁੰਡਾ ਤਾਂ ਹੈ ਨਹੀਂ ਇਹ ਰੋਪ ਜੋ ਮਰਜ਼ੀ ਲਾ ਲੈਣ ਤੇ ਮੈਂ ਉਹਦੇ 'ਚ ਕੀ ਕਰ ਸਕਦਾ ਹਾਂਜੀ ਮੈਂ ਤਾਂ ਇੱਥੇ ਪਿੰਡ ਕਾਦੀਆਂ 'ਚ ਰਹਿੰਦਾ ਹੁਣ ਮੈਂ ਗੁਰਦਾਸਪੁਰ ਹਾਂਜੀ ਇਹ ਗੱਲ ਆ ਇਹਦੇ 'ਚ ਕੋਈ ਹਾਂਜੀ ਅੱਜ ਪ੍ਰਸ਼ਾਸਨ ਲੈ ਕੇ ਆਇਆ ਵੀ ਅਸੀਂ ਹੁਣ ਇੱਥੇ ਮਾਰ ਥੋੜ੍ਹੀ ਖਾਣੀ ਠੀਕ ਹੈ ਨਾ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਵੀ ਨਿਸ਼ਾਨਦੇਹੀ ਇਹ ਡੱਕਣ ਦੇ ਰਹੇ ਨਹੀਂ ਕਰਨ ਦੇ ਆਓ ਅੱਗੇ ਅਸੀਂ ਮਾਰਨ ਖਾਣੀ ਨਹੀਂ ਨਾ ਹੀ ਆਉਂਦੇ ਅਸੀਂ ਚੁੱਪ ਕਰਕੇ ਪਰੇ ਬਹਿ ਜਾਂਦੇ ਗੱਲ ਤਾਂ ਨਹੀਂ ਸਾਡਾ ਪਰਿਵਾਰ ਆ ਪਿੱਛੋਂ ਕੋਈ ਗੁੰਡਾਗਰਦੀ ਨਹੀਂ ਕਰਦਾ ਆ ਰਿਕਾਰਡ ਪੁੱਛੋ ਆਪਣੇ ਕੋਈ ਗੱਲ ਹੀ ਨਹੀਂ ਇਹ ਤਾਂ ਹੁਣ ਜਨਾਬ ਇਹਨਾਂ ਦੀ ਮਰਜ਼ੀ ਆ ਇਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ ਇਹ ਤਾਂ ਜੋ ਕੋਈ ਆਪਣੇ ਕਰਨਗੇ ਉਹਨਾਂ ਨੇ ਆਪਣੀ ਪਲਾਨ ਬਣਾਈ ਆ ਆਪਾਂ ਇਹ ਨਹੀਂ ਕਰ ਸਕਦੇ ਮੈਂ ਪ੍ਰਾਈਮ ਮਿਨਿਸਟਰ ਅਵਾਰਡ ਵਿਨਰ ਬੰਦਾ ਵਾਂ ਔਰ 72 ਦਾ ਗ੍ਰੈਜੂਏਟ ਹਾਂ ਅਸੀਂ ਕਦੀ ਝਗੜਾ ਨਹੀਂ ਕਦੇ ਇਹਨਾਂ ਨੂੰ ਪੁੱਛੋ ਵੀ ਅੱਜ ਤੱਕ ਮੈਂ ਕੋਈ ਗਾਲ ਕੱਢੀ ਜਾਂ ਸਾਡੇ ਪਰਿਵਾਰ ਨੇ ਅਸੀਂ ਚੁੱਪ ਕਰਕੇ ਤੁਹਾਨੂੰ ਮਤ ਦੱਸਣਾ ਅਸੀਂ ਪਹਿਲਾਂ ਵੀ ਇਹਨਾਂ ਨੂੰ ਬੋਲਿਆ ਵੀ ਸਾਨੂੰ ਭਾਈ ਅਸੀਂ ਤੁਹਾਡੇ ਨਾਲ ਝਗੜਾ ਨਹੀਂ ਕਰਨਾ ਆਉਂਦੇ ਵੀ ਇਹਨੂੰ ਮਤ ਦੱਸਣੀ ਹੈ ਕੀ ਮਤ ਦੱਸਣੀ ਆ 75 ਸਾਲ ਦੇ ਪਹਿਲਾਂ ਹਾਂਜੀ ਮੇਰਾ ਨਾਮ ਮਹਿੰਦਰ ਸਿੰਘ ਹਾਂਜੀ ਇੰਨੀ ਗੱਲ ਆ ਕੰਨਗੂ ਜੋੜਾ ਛਤਰਾ ਮਸਲਾ ਕੋਈ ਨਹੀਂ ਗਾ ਇਹਨੂੰ ਜਾਣ ਕੇ ਤੂਲ ਦਿੱਤਾ ਜਾ ਰਿਹਾ ਜਦਕਿ ਜਿਹੜੇ ਦਰਖਾਸਤ ਜਿਨ੍ਹਾਂ ਦਿੱਤੀ ਆ ਨਿਸ਼ਾਨਦੇਹੀ ਦੀ ਉਹਨਾਂ ਦੀ ਜਿਹੜੀ 4 ਕਿੱਲੇ ਪੈਲੀ ਲੱਗਦੀ ਆ ਉਹਦੇ ਵਾਸਤੇ ਉਹਨਾਂ ਨੇ ਰਾਹ ਵਾਸਤੇ ਦਰਖਾਸਤ ਦਿੱਤੀ ਆ ਅਸੀਂ 3 ਵਾਰੀ ਰਿਮਾਇੰਡਰ ਕੱਢ ਕੇ ਇਹਨਾਂ ਨੂੰ ਤਲਾਵਾਂ ਵਾਸਤੇ ਦਿੱਤਾ ਆ ਅਖੀਰ ਅਸੀਂ ਜਿਹੜਾ 3ਰਾ ਰਿਮਾਇੰਡਰ ਦਿੱਤਾ ਆ ਪੁਲਿਸ ਅਮਦਾਦ ਵਾਸਤੇ ਕਿਉਂਕਿ ਬੰਦਾ ਜਿਹੜੀ ਮਾਲਕੀ ਆ ਉਹਦੀ ਬੰਦੇ ਦੀ ਉਹਨੂੰ ਜਿਹੜਾ ਰਾਹ ਆ 1 ਕਿੱਲੇ ਦਾ ਉਹਦੀ ਅਸੀਂ ਅੱਜ ਨਿਸ਼ਾਨਦੇਹੀ ਕਰਨ ਆਏ ਹਾਂ ਅਤੇ ਇੱਥੇ ਕਿਸਾਨ ਯੂਨੀਅਨ ਨੇ ਕੰਮ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਆ ਨਹੀਂ ਧੱਕੇ ਨਾਲ ਨਹੀਂ ਕਿਸੇ ਦਾ ਘਰ ਨਹੀਂ ਤੋੜਿਆ ਹਾਲੇ ਤੱਕ ਤਾਂ ਕਾਰਵਾਈ ਵੀ ਨਹੀਂ ਸ਼ੁਰੂ ਨਹੀਂ ਕੀਤੀ ਅਤੇ ਘਰ ਤੋੜਨ ਵਾਲੀ ਤਾਂ ਗੱਲ ਹੀ ਬੜੀ ਦੂਰ ਆ
ਅਸੀਂ ਤਾਂ ਸਿਰਫ ਇੱਥੇ ਨਿਸ਼ਾਨੀਆਂ ਲਾਉਣੀਆਂ ਨੇ ਇਹਨਾਂ ਨੂੰ, ਜਿੱਥੇ ਜੇ ਕੋਈ ਕਿਸੇ ਨੂੰ ਕੋਈ ਹੈਗਾ ਆ ਕੋਈ ਇਤਰਾਜ਼ ਤਾਂ ਕੋਰਟਾਂ ਬੜੀਆਂ ਨੇ, ਕੋਰਟ 'ਚ ਜਾ ਸਕਦਾ ਹੈ। ਦੇਖੋ ਜਿਹੜਾ ਹਾਂ ਦੇਖੋ ਜਿਹੜੇ ਬੰਦੇ ਨੇ ਰਾਹ ਵਾਸਤੇ ਦਰਖਾਸਤ ਦਿੱਤੀ ਸੀ ਉਹਨੇ ਆਪਣਾ ਨੌ ਮਰਲੇ ਥਾਂ ਕਟੌਤੀ ਕਰਾ ਕੇ ਅਤੇ ਰਾਹ ਲਿਆ ਆ, ਜਦਕਿ ਉਹ ਬੰਦੇ ਨੇ ਨੌ ਮਰਲੇ ਦੀ ਬਜਾਏ ਕੋਈ ਰਕਬਾ ਵੀ ਨਹੀਂ ਲਿਆ, ਸਿਰਫ ਉਹ ਜਿਹੜਾ ਰਸਤਾ ਸੀ ਉਹ ਸਰਕਾਰੀ ਤੌਰ 'ਤੇ ਹੋ ਗਿਆ ਆ, ਸਰਕਾਰ ਦੇ ਨਾਲ ਇੰਤਕਾਲ ਹੋ ਗਿਆ ਆ, ਇਹ ਸਿਰਫ ਅਸੀਂ ਅੱਜ ਸਰਕਾਰੀ ਰਸਤੇ ਦੀ ਨਿਸ਼ਾਨਦੇਹੀ ਕਰਨੇ ਆਏ ਹਾਂ, ਨਾ ਕਿ ਕਿਸੇ ਦੀ ਮਾਲਕੀ ਦੀ। ਠੀਕ ਹੈ ਜੀ, ਹਾਂਜੀ।